ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 7A 2020 ਐਡੀਸ਼ਨ ਲੈਸਨ 17 ਵਿੱਚ ਤੁਹਾਨੂੰ ਜੀ ਆਇਆਂ ਨੂੰ ਪਿਛਲੇ ਪਾਠ ਦੇ ਵਿੱਚ ਅਸੀਂ ਪੜਿਆ ਸੀ ਭਾਈ ਨੰਦ ਲਾਲ ਜੀ ਦੀ ਜੀਵਨੀ ਦੇ ਬਾਰੇ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ ਤੇ ਕਿਵੇਂ ਵੱਡੇ ਹੋਏ ਤੇ ਉਹ ਕਿਵੇਂ ਆ ਪਾਕਿਸਤਾਨ ਦੇ ਵਿੱਚ ਆਈ ਅਫਗਾਨਿਸਤਾਨ ਤੋਂ ਅੱਜ ਦੇ ਪਾਠ ਵਿੱਚ ਅਸੀਂ ਪੜਾਂਗੇ ਪਾਈ ਨੰਦ ਲਾਲ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਕਿਸ ਤਰ੍ਹਾਂ ਹੋਇਆ ਪਾਈ ਨੰਦ ਲਾਲ ਜੀ ਨੇ ਆਪਣਾ ਨੌਕਰ ਨਾਲ ਲਿਆ ਰਿਮੈਂਬਰ ਉਹ ਜਿਹੜੇ ਅਮ ਔਰੰਗਜ਼ੇਬ ਦੇ بیٹے ਨੂੰ ਸ਼ਹਿਜ਼ਾਦੇ ਨੂੰ ਉਮ ਬਰਾਂਦੇਸੀ ਫਾਰਸੀ ਬਰਾਂਦੇਸੀ রাইਟ ਤੇ ਇੱਕ ਵਾਰੀ ਉਹਨਾਂ ਨੇ ਆਇਤਾਂ ਦਾ ਮਤਲਬ ਸੁਣਾਇਆ ਉਹ ਨੂ ਤੇ ਉਸਨੇ ਔਰੰਗਜ਼ੇਬ ਨੂੰ ਆਇਤਾਂ ਦਾ ਮਤਲਬ ਸੁਣਾਇਆ ਔਰੰਗਜ਼ੇਬ ਨੂੰ ਮਤਲਬ ਬਹੁਤ ਪਸੰਦ ਆਇਆ ਪਰ ਉਹਨਾਂ ਦੇ ਦੂਸਰੇ ਮੌਲਵੀਆਂ ਨੂੰ ਪਸੰਦ ਨਹੀਂ ਆਇਆ ਸੀ ਤੇ ਉਹ ਕਹਿੰਦੇ ਸੀ ਕਿ ਇਹਨਾਂ ਨੂੰ ਮੁਸਲਮਾਨ ਬਣਾਓ ਤੇ ਸ਼ਹਿਜ਼ਾਦੇ ਨੂੰ ਪਤਾ ਸੀ ਕਿ ਪਾਇਨੰਦ ਲਾਲ ਦੀ ਜਾਨ ਨੂੰ ਖਤਰਾ ਕਿਉਂਕਿ ਔਰੰਗਜ਼ੇਬ ਉਹਨਾਂ ਨੂੰ ਕਹੇਗਾ ਜਾਂ ਤੇ ਤੁਹਾਨੂੰ ਮਾਰ ਦੇਵਾਂਗੇ ਤੇ ਜਾਂ ਤੁਸੀਂ ਮੁਸਲਮਾਨ ਬਣ ਜਾਓ ਸੋ ਉਹਨੇ ਕਿਹਾ ਸੀ ਤੁਸੀਂ ਇੱਥੋਂ ਚਲੇ ਜਾਓ ਪਾਇਨੰਦ ਲਾਲ ਜੀ ਨੇ ਆਪਣਾ ਨੌਕਰ ਨਾਲ ਲਿਆ ਘੋੜਿਆਂ ਤੇ ਬੈਠ ਕੇ ਆਗਰੇ ਤੋਂ ਅਨੰਦਪੁਰ ਸਾਹਿਬ ਵੱਲ ਚੱਲ ਗਏ ਚੱਲ ਪਏ ਰਾਹ ਵਿੱਚ ਉਹਨਾਂ ਨੇ ਗੁਰੂ ਦੇ ਪਿਆਰ ਵਿੱਚ ਆ ਕੇ ਇੱਕ ਕਿਤਾਬ ਲਿਖੀ ਉੱਥੇ ਪਹੁੰਚ ਕੇ ਇੱਕ ਘਰ ਲੈ ਲਿਆ ਗੁਰੂ ਜੀ ਨੂੰ ਉਡੀਕਣ ਲੱਗੇ ਉਹਨਾਂ ਨੂੰ ਯਕੀਨ ਸੀ ਕਿ ਗੁਰੂ ਜੀ ਉਹਨਾਂ ਨੂੰ ਬੁਲਾਉਣਗੇ ਕਹਿੰਦੇ ਹਨ ਕਿ ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ ਇੱਕ ਦਿਨ ਗੁਰੂ ਜੀ ਨੇ ਸੇਵਾਦਾਰ ਨੂੰ ਭੇਜ ਕੇ ਨੰਦ ਲਾਲ ਜੀ ਨੂੰ ਬੁਲਾ ਲਿਆ ਨੰਦ ਲਾਲ ਜੀ ਮੰਜੀ ਉੱਤੇ ਲੇਟੇ ਹੋਏ ਸਨ ਅਤੇ ਗੁਰੂ ਜੀ ਨੂੰ ਯਾਦ ਕਰ ਰਹੇ ਸਨ ਸੇਵਾਦਾਰ ਦਾ ਸੁਨੇਹਾ ਸੁਣ ਕੇ ਉਹਨਾਂ ਨੇ ਫਟਾਫਟ ਪੱਗ ਸਿਰ ਤੇ ਲਪੇਟੀ ਆਪਣੀ ਕਿਤਾਬ ਚੁੱਕੀ ਅਤੇ ਗੁਰੂ ਜੀ ਕੋਲ ਪਹੁੰਚ ਕੇ ਜਦ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਦੇਖਦੇ ਹੀ ਰਹਿ ਗਏ ਬਹੁਤ ਰੁਏ ਉਹ ਨਦੇ ਪੈਰਾਂ ਤੇ ਡਿੱਗ ਪਏ ਗੁਰੂ ਜੀ ਨੇ ਛਾਤੀ ਨਾਲ ਲਾਇਆ ਨੰਦ ਲਾਲ ਜੀ ਨੇ ਮਾਫੀ ਮੰਗੀ ਕਿਉਂਕਿ ਉਹਨਾਂ ਕੋਲ ਦੇਣ ਲਈ ਕੁਝ ਵੀ ਨਹੀਂ ਸੀ ਗੁਰੂ ਜੀ ਨੇ ਉਹਨਾਂ ਕੋਲੋਂ ਉਹਨਾਂ ਦੀ ਕਿਤਾਬ ਬਾਰੇ ਪੁੱਛਿਆ ਨੰਦ ਲਾਲ ਜੀ ਨੇ ਦੱਸਿਆ ਕਿ ਇਹ ਬੰਦਗੀ ਨਾਮਾ ਹੈ ਅਤੇ ਇਸ ਵਿੱਚ ਉਪਸ ਅਤੇ ਇਸ ਵਿੱਚ ਪਿਆਰ ਦੀਆਂ ਗਜ਼ਲਾਂ ਹਨ ਗੁਰੂ ਜੀ ਨੇ ਉਹਨਾਂ ਕੋਲ ਨੂੰ ਇੱਕ ਮਹੀਨਾ ਇਹ ਗਜ਼ਲਾਂ ਸੁਣੀਆਂ ਅਤੇ ਕਿਹਾ ਕਿ ਇਸ ਕਿਤਾਬ ਨੂੰ ਸੁਣ ਕੇ ਤਾਂ ਜ਼ਿੰਦਗੀ ਜੀਣ ਦਾ ਰਾਹ ਮਿਲਦਾ ਹੈ ਗੁਰੂ ਜੀ ਨੇ ਇਸ ਕਿਤਾਬ ਦਾ ਨਾਂ ਜ਼ਿੰਦਗੀ ਨਾਮਾ ਰੱਖ ਦਿੱਤਾ ਬੰਦਗੀ ਇਸ ਲਾਈਕ ਪ੍ਰੇਅਰ ਅਰਦਾਸ ਐਂਡ ਜ਼ਿੰਦਗੀ ਇਸ ਲਾਈਫ ਨੰਦਲਾਲ ਜੀ ਗੁਰੂ ਜੀ ਦੇ ਦਰਬਾਰ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ ਸਨ ਸਿਰਮੌਰ ਮੀਨਸ ਉਮ ਦਿ ਟੋਪ ਮੋਸਟ ਉਹਨਾਂ ਦੀਆਂ ਲਿਖਤਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਚਲਕਦਾ ਹੈ ਭਾਈ ਨੰਦ ਲਾਲ ਜੀ ਨੇ ਕੁੱਲ 10 ਲਿਖਤਾਂ ਲਿਖੀਆਂ ਉਹਨਾਂ ਵਿੱਚੋਂ ਕੁਝ ਲਿਖਤਾਂ ਹਨ ਰਹਿਤਨਾਮਾ ਅਤੀ ਤਨਖਾਨਾਮਾ ਇਹ ਪੰਜਾਬੀ ਵਿੱਚ ਨੇ ਜ਼ਿੰਦਗੀਨਾਮਾ ਗੰਜਨਾਮਾ ਗੰਜਨਾਮਾ ਦੇ ਵਿੱਚ ਦਸਾਂ ਗੁਰੂ ਸਾਹਿਬ ਦਾ ਬੰਦਿ ਉਸਤਤ ਹੈ ਅਤੇ ਦੀਵਾਨੇ ਗੋਇਆ ਫਾਰਸੀ ਵਿੱਚ ਲਿਖੀਆਂ ਹਨ ਪਾਈ ਨੰਦ ਲਾਲ ਜੀ ਗੁਰੂ ਜੀ ਨਾਲੋਂ ਉਮਰ ਵਿੱਚ 33 ਸਾਲ ਵੱਡੇ ਸਨ ਗੁਰੂ ਜੀ ਨੇ 1705 ਵਿੱਚ ਆਨੰਦਪੁਰ ਕਿਲੇ ਉਹ ਦੇਰ ਸ਼ੁੱਡ ਬੀ ਨੋ ਨੇ ਹੇਅਰ ਗੁਰੂ ਜੀ 1705 ਵਿੱਚ ਆਨੰਦ ਸਾਹਿਬਪੁਰ ਦੇ ਆਨੰਦਪੁਰ ਦੇ ਆਨੰਦਪੁਰ ਕਿਲੇ ਵਿੱਚ ਸਨ ਮੁਗਲਾਂ ਨੇ ਘੇਰਾ ਪਾਇਆ ਹੋਇਆ ਸੀ ਪਾਈ ਨੰਦ ਲਾਲ ਜੀ ਨੇ ਗੁਰੂ ਜੀ ਕੋਲੋਂ ਮੁਗਲਾਂ ਨਾਲ ਲੜਾਈ ਕਰਨ ਦੀ ਆਗਿਆ ਮੰਗੀ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਲਾਲ ਜੀ ਤੁਸੀਂ ਤਲਵਾਰ ਨਹੀਂ ਕਲਮ ਚੁੱਕੋ ਤੁਹਾਡੀਆਂ ਲਿਖਤਾਂ ਪੜ੍ਹ ਕੇ ਹੋਰ ਬਹੁਤ ਬਹਾਦਰ ਬਣਨਗੇ ਨੰਦ ਲਾਲ ਜੀ ਗੁਰੂ ਜੀ ਕੋਲੋਂ ਆਗਿਆ ਲੈ ਕੇ ਮੁਲਤਾਨ ਵਾਪਸ ਚਲੇ ਗਏ ਉੱਥੇ ਉਹਨਾਂ ਨੇ ਇੱਕ ਅਰਬੀ ਅਤੇ ਫਾਰਸੀ ਦਾ ਸਕੂਲ ਖੋਲ੍ਹ ਲਿਆ ਜੋ ਕਿ 1849 ਤੱਕ ਚੱਲਦਾ ਰਿਹਾ 1713 ਵਿੱਚ ਪਾਈ ਨੰਦ ਲਾਲ ਜੀ ਪੂਰੇ ਹੋ ਗਏ ਪੂਰੇ ਹੋ ਗਏ ਮੀਨਸ ਪਾਸਟ ਅਵੇ ਪਾਇ ਨੰਦ ਲਾ ਜੀਆਂ ਦੀਆਂ ਲਿਖਤਾਂ ਵਿੱਚ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਲਈ ਪਿਆਰ ਦੇਖ ਕੇ ਸੁਣਨ ਵਾਲਿਆਂ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਹਨ ਇਹ ਤੁਕਾਂ ਤੁਸੀਂ ਵੀ ਬਹੁਤ ਵਾਰ ਸੁਣੀਆਂ ਹੋਣਗੀਆਂ ਸੋ ਹੇਅਰ ਆਰ ਸਮ ਨਾਸਿਰ ਮਨਸੂਰ ਗੁਰੂ ਗੋਬਿੰਦ ਸਿੰਘ ਇਸਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਮੀਨਸ ਗਰੀਬਾਂ ਦਾ ਰਾਖਾ ਗੁਰੂ ਗੋਬਿੰਦ ਸਿੰਘ ਰੱਬ ਦੀ ਰੱਖਿਆ ਵਿੱਚ ਗੁਰੂ ਗੋਬਿੰਦ ਸਿੰਘ ਰੱਬ ਵੱਲੋਂ ਪਰਵਾਣ ਗੁਰੂ ਗੋਬਿੰਦ ਸਿੰਘ ਹੱਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ ਸੋ ਥਿਸ ਇਜ਼ ਫਾਰਸੀ ਪਰਸ਼ੀਅਨ ਗੁਰੂ ਗੋਬਿੰਦ ਸਿੰਘ ਸੱਚ ਦਾ ਖਜ਼ਾਨਾ ਹੈ ਗੁਰੂ ਗੋਬਿੰਦ ਸਿੰਘ ਸਮੂਹ ਨੂਰ ਦੀ ਮਿਹਰ ਹੈ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਨशाह ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸੱਚ ਦੇ ਜਾਨਣ ਹਾਰਿਆਂ ਲਈ ਸੱਚ ਹੈ ਜਾਨਣ ਹਾਰੇ ਮੀਨਸ ਦੋਸ who want to know those who know ਗੁਰੂ ਗੋਬਿੰਦ ਸਿੰਘ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਖਸਮ ਰਾ ਜਾਹ ਰਾ ਕਹ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾਂ ਦਾ ਬਾਦਸ਼ਾਹ ਹੈ ਦੋਹਾਂ ਜਹਾਨਾਂ ਦਾ ਮੀਨਸ ਦਾ ਵਰਲਡ ਵੀ ਲਿਵ ਇਨ ਐਂਡ ਦਾ ਵਰਲਡ ਬਿਯੋਂਡ ਥੈਟ ਵੀ ਡੋਨਟ ਨੋ ਅਬਾਊਟ ਗੁਰੂ ਗੋਬਿੰਦ ਸਿੰਘ ਦੁਸ਼ਮਨ ਦੀ ਜਾਨ ਨੂੰ ਕਬਜ਼ ਕਰ ਲੈਣ ਵਾਲਾ ਹੈ ਥੈਟ ਹੀ ਹੀ ਹੋਲਡਸ ਦਾ ਲਾਈਫ ਆਫ ਦਾ ਐਨੀਮੀ ਇਨ ਹਿਸ ਹੈਂਡ ਦਨਖਾ ਨਮਾ ਵਿੱਚ ਅਖੀਰਲਾ ਦੋਰਾ ਹੈ ਜਿਹੜਾ ਅਸੀਂ ਬਹੁਤ ਵਾਰੀ ਪੜਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖਾਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਥਿਸ ਇਸ ਆਲਸੋ ਰਿਟਨ ਬਾਈ ਪਾਈ ਨੰਦ ਲਾਲ ਜੀ ਇਹ ਦੋਰਾ ਹਰ ਪੰਥਕ ਅਰਦਾਸ ਤੋਂ ਬਾਅਦ ਬੋਲੇ ਜਾਂਦਾ ਹੈ ਪੰਥਕ ਅਰਦਾਸ ਮੀਨਸ ਜਿਹੜੀ ਐਸ ਪੰਥ ਬੋਲੀ ਜਾਂਦੀ ਜਿਹੜੀ ਅਸੀਂ ਗੁਰਦੁਆਰਿਆਂ ਵਿੱਚ ਪੜ੍ਹਦੇ ਆਂ ਜਿਹੜੀ ਸੰਗਤੀ ਰੂਪ ਵਿੱਚ ਪੜ੍ਹਦੇ ਆਂ ਜਦੋਂ ਅਸੀਂ ਘਰ ਅਰਦਾਸ ਕਰਦੇ ਆਂ ਅਸੀਂ ਜ਼ਰੂਰੀ ਨਹੀਂ ਇਹ ਦੋਰਾ ਬੋਲੀਏ ਠੀਕ ਹੈ ਹਰ ਮੰਦਰ ਸਾਹਿਬ ਵਿੱਚ ਸਿਰਫ ਤਿੰਨ ਬਾਣੀਆਂ ਪੜੀਆਂ ਜਾਂਦੀਆਂ ਹਨ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਾਈ ਗੁਰਦਾਸ ਜੀ ਦੀ ਬਾਣੀ ਅਤੇ ਪਾਈ ਨੰਦ ਲਾਲ ਜੀ ਦੀ ਬਾਣੀ ਠੀਕ ਹੈ ਸੋ 파ਇਨੰਦ ਲਾਲ ਜੀ ਨੂੰ ਬਹੁਤ ਉੱਚਾ ਦਰਜਾ ਹਾਸਲ ਹੈ ਇਸ ਐਸੇ ਵਿੱਚ 582 ਸ਼ਬਦ ਨੇ ਲੰਮਾ ਐਸੇ ਹੈ ਥੋੜਾ ਔਖਾ ਸ਼ਬਦ ਹੈ ਔਖਾ ਥੋੜਾ ਜਿਹਾ ਐਸੇ ਪੜਨਾ ਪਰ ਤੁਸੀਂ ਧਿਆਨ ਨਾਲ ਪੜਨਾ ਟਾਈਮ ਲਗਾ ਕੇ ਪੜਨਾ ਕੋਈ ਰਸ਼ ਨਹੀਂ ਸਮਝ ਕੇ ਪੜਨਾ ਠੀਕ ਹੈ ਐਸ ਵੀਡੀਓ ਨੂੰ ਵੀ ਤੁਸੀਂ ਦੁਬਾਰਾ ਸੁਣ ਸਕਦੇ ਹੋ ਕਿਉਂਕਿ ਜੋ ਕਈ ਔਖੇ ਅੱਖਰ ਨੇ ਔਖੇ ਸ਼ਬਦ ਨੇ ਉਹ ਤੁਹਾਨੂੰ ਫਿਰ ਬੋਲਣੇ ਆ ਜਾਣਗੇ ਸੋਮਵਾਰ ਕਾਡ ਦਾ ਕੰਮ ਟਾਈਮਰ ਸ਼ੁਰੂ ਕਰੋ ਇਹ ਲੇਖ ਪੜੋ ਕਿੰਨੇ ਮਿੰਟ ਲੱਗੇ ਜਾਂ ਨਹੀਂ ਆਈ ਥਿੰਕ देयर इज नो ਜਾ ਹੇਰ ਠੀਕ ਹੈ ਇਹ ਕਰਨਾ ਹੈ ਤੁਸੀ ਆਈ ਥਿੰਕ ਆ ਵਾਸ ਗੋਇੰ ਟੂ ਰਾਈਟ ਯੂ ਕਾਪੀ ਦਾ ਐਸੇ ਬਟ ਆ ਡੋਨਟ ਥਿੰਕ ਯੂ ਵਾਂਟ ਟੂ ਡੂ ਥੈਟ ਮੰਗਲਵਾਰ ਕਾਡ ਦਾ ਕੰਮ ਇਨਾਂ ਪ੍ਰਸ਼ਨਾਂ ਦੇ ਠੀਕ ਉੱਤਰ ਲਿਖੋ ਪਾਈ ਨੰਦ ਲਾਲ ਜੀ ਨੇ ਆਨੰਦਪੁਰ ਸਾਹਿਬ ਜਾਣ ਦੇ ਰਸਤੇ ਵਿੱਚ ਕੀ ਕੀਤਾ ਯੂ ਰਿਮੈਂਬਰ ਉਹਨਾਂ ਨੇ ਰਸਤੇ ਦੇ ਵਿੱਚ ਗੁਰੂ ਜੀ ਦੇ ਪਿਆਰ ਵਿੱਚ ਆ ਕੇ ਕਿਤਾਬ ਲਿਖੀ ਠੀਕ ਹੈ ਐ ਲਿਖਿਆ ਹੋਇਆ ਰਾ ਵਿੱਚ ਪਾਇਨੰਦ ਲਾਲ ਜੀ ਨੇ ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਤਾਂ ਉਹਨਾਂ ਨੇ ਕੀ ਕੀਤਾ ਠੀਕ ਹੈ ਤੁਸੀਂ ਅਤੁਸੀ ਐਸੇ ਪੁੱਲੋਗੇ ਦੁਬਾਰਾ ਤਾਂ ਇੱਥੇ ਤੁਹਾਡਾ ਆਨਸਰ ਮਿਲੇਗਾ ਤੁਹਾਨੂੰ ਠੀਕ ਹੈ ਸਤਾਰਾ ਸੋ 5 ਵਿੱਚ ਪਾਇਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਦੂਰ ਕਿਉਂ ਚਲੇ ਗਏ ਸੋ so what happened ਰਿਮੈਂਬਰ ਉਹ ਤੇ ਲੜਾਈ ਸੀ ਕੇਰਾ ਪਿਆ ਹੋਇਆ ਸੀਗਾ ਠੀਕ ਹੈ ਤੁਸੀਂ ਇੱਥੋਂ ਆਨਸਰ ਲੱਭ ਕੇ ਇੱਥੇ ਲਿਖੋਗੇ ਸੁਣਨ ਵਾਲਿਆਂ ਨੂੰ ਪਾਇਨੰਦ ਲਾਲ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਤ ਪੜ੍ਹ ਕੇ ਕਿਵੇਂ ਮਹਿਸੂਸ ਹੁੰਦਾ ਹੈ ਸੋ ਇੱਥੇ ਅਸੀਂ ਪੜਿਆ ਸੀ ਅਮ ਕਿ ਜਦੋਂ ਲੋਕ ਸੁਣਦੇ ਨੇ ਤਾਂ ਉਹਨਾਂ ਦੀ ਅੱਖਾਂ ਵਿੱਚ ਅਥਰੂ ਆ ਜਾਂਦੇ ਨੇ ਬੁੱਧਵਾਰ ਕਰਦਾ ਕੰਮ ਪਾਇਨੰਦ ਲਾਲ ਜੀ ਬਾਰੇ ਰਿਸਰਚ ਕਰਕੇ ਕੋਈ ਪੰਜ ਤੱਤ ਲਿਖੋ ਪੰਜ ਫੈਕਟਸ ਠੀਕ ਹੈ ਤੁਸੀਂ ਇਸ ਐਸੇ ਵਿੱਚੋਂ ਵੀ ਲਿਖ ਸਕਦੇ ਹੋ ਪ੍ਰੀਵੀਅਸ ਐਸੇ ਨੂੰ ਵੀ ਪੜ੍ਹ ਕੇ ਤੁਸੀਂ ਦੁਬਾਰਾ ਲਿਖ ਸਕਦੇ ਹੋ ਤੇ ਜਾਂ ਤੁਸੀਂ ਆਪਣੇ ਆਪ ਹੋਰ ਰਿਸਰਚ ਕਰਕੇ ਤੁਸੀਂ ਲਿਖ ਸਕਦੇ ਹੋ ਠੀਕ ਹੈ ਤੇ ਵੀਰਵਾਰ ਦਾ ਕੋਈ ਤੁਹਾਨੂੰ ਕੰਮ ਨਹੀਂ ਹੈ ਬਟ ਆਈ ਹੋਪ ਕਿ ਯੂ ਵਿਲ ਰੀਡ ਥਿਸ ਐਸੇ ਅਗੇਨ ਔਰ ਯੂ ਵਿਲ ਮੈਮੋਰਾਈਜ਼ ਥਿਸ ਮੈਮੋਰਾਈਜ਼ ਥਿਸ ਆਈ ਥਿੰਕ ਦੈਟ ਵਿਲ ਬੀ ਵੈਰੀ ਗੁੱਡ ਫॉर ਯੂ ਅਮ ਦੈਟਸ ਬਿਊਟੀਫੁਲ ਸ਼ਬਦ Beautiful words by by uh, Nand, by Nandlaji, okay? So this is an essay for today. Hopefully um, it's not too hard, and it is. Um, then you just read again and uh, learn to read better. Okay? I will see you in the next lesson. Until then, Ka Khalsa, Ki Fateh.